ਲਾਂਚਨ ਬਾਜੀ ਦੂਸ਼ਨ ਬਾਜੀ ਝੂੜ ਦਾ ਜਿਹੜਾ ਆ ਪਸਾਰਾ ਹੋ ਗਿਆ ਉਹਦੇ ਤੋਂ ਬਾਦਲ ਸਾਹਿਬ ਵੀ ਅਖੀਰਲੇ ਸਮੇਂ ਬਹੁਤ ਦੁਖੀ ਸੀਗੇ ਕਿ ਜਿਨ੍ਹਾਂ ਨੇ ਜ਼ਿੰਦਗੀ ਚ ਸਿਰਫ ਤੇ ਸਿਰਫ ਜਿਹੜਾ ਆ ਕੌਮ ਤੇ ਪੰਥ ਤੇ ਪੰਜਾਬ ਵਾਸਤੇ ਲੜਾਈ ਲੜੀ ਹੋਵੇ ਤੇ ਉਹਨਾਂ ਦੇ ਗੁਰੂ ਦਾ ਜਿਹਾ ਊੜ ਪ੍ਰਚਾਰ ਕੀਤਾ ਗਿਆ ਹੋਵੇ ਤੇ ਉਹਦੇ ਕਰਕੇ ਉਹ ਮਤਲਬ ਮਹਿਸੂਸ ਕਰਦੇ ਹੁੰਦੇ ਸੀਗੇ ਭਾਵੇਂ ਕਿ ਉਹਨਾਂ 'ਚ ਜਰਾਤ ਬੜੀ ਸੀ ਕਿ ਦਿਲ ਦੀ ਗੱਲ ਬਾਹਰ ਨਹੀਂ ਸੀ ਆਉਂਦੇਦੇ ਪੇਸ਼ੈਂਸ ਬਹੁਤ ਸੀਗੀ ਬੜਾ ਕੋਈ ਝਰ ਜਾਂਦੇ ਸੀਗੇ ਪਰ ਇਹ ਦਰਦ ਜਿਹੜਾ ਉਹ ਕੋਈ ਨਹੀਂ ਸਿਲਕਾ ਸਕੇ ਕਿ ਅੱਜ ਦਾ ਸਾਡਾ ਨੌਜਵਾਨ ਜਾਂ ਸਾਡੇ ਜਿਨ੍ਹਾਂ ਨੂੰ ਪੰਥ ਦੀ ਗੱਲ ਕਰਨੀ ਚਾਹੀਦੀ ਸੀ ਜਿਨ੍ਹਾਂ ਦੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਸੀਗੀ ਤੇ ਅੱਜ ਉਹੀ ਲੋਕ ਜਿਹੜੇ ਅਕਾਲੀ ਦਲ ਤੇ ਜਾਂ ਕਾਲੀ ਲੀਡਰਸ਼ਿਪ ਤੇ ਅਜਿਹੀਆਂ ਗੱਲਾਂ ਕਰਦੇ ਨੇ ਜਿੱਤੋਂ ਉਹ ਦੁਖੀ ਸੀਗੇ ਬਾਦਲ ਸਾਹਿਬ ਨੇ ਹੀ ਸਾਡੇ ਵਰਗੇ ਉਹਨੂੰ ਜਿਨ੍ਹਾਂ ਦਾ ਕੋਈ ਵਾਰੀਵਾਰਸ ਨਹੀਂ ਸੀ ਜਿਨ੍ਹਾਂ ਦਾ ਸਿਆਸਤ ਨਾਲ ਕੋਈ ਲੈਣ ਦੇਣ ਨਹੀਂ ਸੀ ਸਿਆਸਤ ਨੂੰ ਨਾ ਹੀ ਪਸੰਦੀ ਕਰਦੇ ਸੀਗੇ ਤੇ ਬਾਦਲ ਸਾਹਿਬ ਨੇ ਸਬਬ ਬਣਾਏ ਸਿਰ ਤੇ ਹੱਥ ਰੱਖਿਆ ਮੋਢਿਓਂ ਫੜ ਕੇ ਧੋਰਿਆ ਪਰ ਜਿਸ ਉਹ ਸੁਭਾਅ ਦੇ مالک ਸੀ ਜਿਸ ਉਹ ਸੋਚ ਦੇ مالک ਸੀ ਜਿਸ ਉਹ ਇਰਾਦੇ ਦੇ مالک ਸੀ ਜਿਸ ਉਹ ਜਜ਼ਬੇ ਦੇ مالک ਸੀ ਉਹ ਅੱਜ ਦੇ ਸਿਆਸਤਦਾਨਾਂ ਚ ਮੇਰੇ ਵਰਗੇ ਤਾਂ ਬਹੁਤ ਪਿੱਛੇ ਆ ਜਿਹੜੇ ਮੇਰੇ ਤੋਂ ਅੱਗੇ ਵੀ ਐ ਉਹਨਾਂ ਚ ਵੀ ਨਜ਼ਰ ਨਹੀਂ ਆਉਂਦਾ ਪਾਵੇਂ ਅਸੀਂ ਉਦੋਂ ਅੰਡਰਗਰਾਉਂਡ ਸੀਗੇ ਪਰ ਫਿਰ ਵੀ ਪਤਾ ਸੀ ਕਿ ਬਾਦਲ ਸਾਹਿਬ ਉਦੋਂ 26 26 ਜਨਵਰੀ ਦੇ ਉੱਤੇ ਸੰਵਿਧਾਨ ਸਾੜਨ ਦੇ ਦੋਸ਼ ਦੇ ਵਿੱਚ ਤਿਹਾਰ ਜੇਲ੍ਹ 'ਚ ਬੰਦ ਸੀਗੇ ਤੇ ਉੱਥੇ ਅਸੀਂ ਇਹਨਾਂ ਦੀ ਮੁਲਾਕਾਤ ਵੀ ਕਰਕੇ ਆਏ ਉੱਥੇ ਮਿਲ ਕੇ ਆਏ ਉਸ ਤੋਂ ਬਾਅਦ ਅਸੀਂ ਵੀ ਫੜੇ ਗਏ ਹਾਂਜੀ ਫਿਰ ਜੇਲ੍ਹ ਤੋਂ ਬਾਹਰ ਆਉਂਦੇ ਹਾਂ ਸਭ ਤੋਂ ਪਹਿਲਾਂ ਮਿੰਡ ਵਾਲਿਆਂ ਤੇ ਬਾਦਲ ਸਾਹਿਬ ਸੀਗੇ ਬਾਦਲ ਸਾਹਿਬ ਨੇ ਕਿਹਾ ਕਾਕਾ ਤੁਸੀਂ ਲੜਾਈ ਲੜਨ ਵਾਲੇ ਹਾਂਜੀ ਤੁਹਾਡੇ 'ਚ ਜਜ਼ਬਾ ਆ ਇਹ ਵੀ ਕੌਮ ਦੀ ਲੜਾਈ ਤੇ ਤੁਸੀਂ ਕਾਲੀ ਦੇ ਵਿੱਚ ਕਿਉਂ ਨਹੀਂ ਕਰਦੇ ਤੜ ਦੇ એનર્ਜੀ ਆ ਸ਼ਕਤੀ ਐ ਬੱਚਾ ਬਾਪ ਨਾਲ ਰੋਸ ਪਿੰਦਾ ਆ ਬਾਦਲ ਸਾਹਿਬ ਦੇ ਨਾਲ ਰੋਸਦੇ ਵੀ ਰਹੇ ਆ ਹਾਂਜੀ ਤੇ ਫਿਰ ਮਨਾ ਲੈਂਦੇ ਸੀ ਫਿਰ ਬਾਦਲ ਸਾਹਿਬ ਬਾਦਲ ਸਾਹਿਬ ਮਨਾ ਲੈਂਦੇ ਸੀ ਆਪੇ ਮਨਾ ਲੈਂਦੇ ਸੀ ਵੱਡੇ ਹੋਣ ਦੇ ਬਾਅਦ ਆਪੇ ਮਨਾ ਲੈਂਦੇ ਕਾਕਾ ਨੂੰ ਕਰਦੇ ਜਾ ਜੋ ਦੇ ਕਾਲੀ ਤੇ ਸਰਕਾਰਾਂ ਵਾਸਤੇ ਬਣਿਆ ਹੀ ਨਹੀਂ ਸੀ ਕਾਲੀ ਤੇ ਬਣਿਆ ਹੀ ਮੋਰਚਿਆਂ ਵਾਸਤੇ ਤੇ ਕਾਲੀ ਦਲ ਦੇ ਤੇ ਵਰਕਰ ਜਾਂ ਆਗੂ ਜਿਹੜੇ ਹੁੰਦੇ ਸੀ ਉਹਨਾਂ ਦਾ ਝੋਲਾ ਜਿਹੜਾ ਟੰਗਿਆ ਹੁੰਦਾ ਸੀ ਕਿਲੀ ਦੇ ਨਾਲ ਇਿੱਥੇ ਇੱਕ ਕਸ਼ਹਿਰਾ ਇੱਕ ਪਰਨਾ ਤੇ ਇੱਕ ਕੁਰਤਾ ਪਜਾਮਾ ਜਾਂ ਚੋੜਾ ਹੁੰਦਾ ਸੀਗਾ ਹਾਂਜੀ ਤੇ ਇਹ ਪਤਾ ਨਹੀਂ ਕਦੋਂ ਰਾਤ ਨੂੰ ਲੈ ਜਾਣਾ ਸਵੇਰੇ ਲੈ ਜਾਣਾ ਕਦੋਂ ਮੂਰਤੀਆ ਸ਼ੁਰੂ ਹੋ ਜਾਣਾ ਮੂਰਤੀਆਂ ਦੀ ਲੜੀ ਤੁਸੀਂ ਪੜੋਗੇ ਨਾ ਤੁਹਾਨੂੰ ਲਗਾਤਾਰ ਮੂਰਤੀਏ ਨਜ਼ਰ ਆਉਣਗੇ ਤੇ ਉਹਨਾਂ 'ਚ ਸਾਰਿਆਂ ਸਾ ਪ੍ਰਕਾਸ਼ ਸਿੰਘ ਬਾਦਲ ਜਣੇ ਆ ਸ਼ਾਮਲ ਹੁੰਦੇ ਰਹੇ ਬਾਦਲ ਸਾਹਿਬ ਦੀ ਸਾਹਮਣੇ ਬਿਠਾ ਹੋਇਆ ਵਿਰੋਧੀ ਧਿਰ ਦਾ ਐਮਐਲਏ ਕਈ ਵਾਰ ਆਲੋਚਨਾ ਕਰਦਾ ਹੋਇਆ ਹੱਦਾਂ ਪਾਰ ਕਰ ਜਾਂਦਾ ਸੀ ਪਰ ਬਾਦਲ ਸਾਹਿਬ ਕਦੇ ਕਾਲੇ ਨਹੀਂ ਸੀਪੇ ਔਰ ਕਈ ਵਾਰ ਸਾਡੇ ਵਰਗੇ ਨੇ ਟੋਕਣ ਦੀ ਕੋਸ਼ਿਸ਼ ਕਰਨੀ ਉਹਨਾਂ ਕਹਿੰਦਾ ਕਾ ਕ ਜਦ ਮੈਂ ਬੈਠਾ ਤੁਸੀਂ ਕੌਣ ਬੋਲਦੇ ਜੇ ਫਿਰ ਕੱਲੀ-ਕੱਲੀ ਗੱਲ ਨੋਟ ਕਰਨੀ ਜੋ ਵਿਰੋਧੀ ਧਿਰ ਦਾ ਕਹਿੰਦਾ ਸੀ ਫਿਰ ਉਹਦਾ ਜਵਾਬ ਦੇਣਾ ਤਰਤੀਬ ਨਾਲ ਦੇਣਾ ਸੁਧਰੇ ਹੋਏ ਲਫ਼ਜ਼ਾਂ ਜਿ ਦੇਣਾ ਤਸੱਲੀ ਵੀ ਪੂਰੀ ਕਰਾਉਣੀ ਪਰ ਉਹਦਾ ਨਾਲ ਮਾਣਤਨ ਬਹਾਲ ਰੱਖ ਕੇ ਆ ਹੁਣ ਚਲੋ ਅੱਜ ਮੌਕਾ ਨਹੀਂਗਾ ਮੁੱਖ ਮੰਤਰੀ ਸਾਹਿਬ ਜਿਹੜੇ ਮੌਜੂਦਾ ਨੇ ਉਹਨਾਂ ਨੂੰ ਤੁਸੀਂ ਵਿਧਾਨ ਸਭਾ ਵਿੱਚ ਦੇਖਿਆ ਹੀ ਹੈ ਕਿ ਵਿਧਾਨ ਸਭਾ ਦੇ ਚੁਣੇ ਹੋਏ ਮੈਂਬਰਾਂ ਦੇ ਜਿਸ ਤਰੀਕੇ ਨਾਲ ਰਾਦਰ ਕੀਤਾ ਹਾਂਜੀ ਪ੍ਰਕਾਸ਼ ਸਿੰਘ ਬਾਦਲ ਦੇ ਜਾਣ ਤੋਂ ਬਾਅਦ ਉਹਨਾਂ ਦੇ ਸਭ ਤੋਂ ਕਰੀਬੀ ਆਗੂ ਸਭ ਤੋਂ ਕਰੀਬੀ ਸਾਥੀਆਂ ਦੇ ਵਿੱਚੋਂ ਇੱਕ ਵਿਰਸਾ ਸਿੰਘ ਬਲਟੋਹਾ ਮੇਰੇ ਨਾਲ ਨੇ ਗੱਲਬਾਤ ਉਹਨਾਂ ਕਰਦਿਆਂ ਬਲਟੋਹਾ ਸਾਹਿਬ ਇੱਕ ਸਿਆਸਤਦਾਨ ਸਿਆਸਤਦਾਨ ਦਾ ਨਹੀਂ ਸਿਆਸਤ ਦੇ ਇੱਕ ਯੁੱਗਦੰਤ ਹੋਇਆ ਬਿਲਕੁਲ ਸਹੀ ਹੈ ਜੀ 95 ਸਾਲ ਦੀ ਉਮਰ 'ਚੋਂ 70 ਸਾਲ ਪੰਜਾਬ ਦੀ ਸਿਆਸਤ ਨੂੰ ਦਿੱਤੇ ਤੇ 100 ਸਾਲ ਸ਼੍ਰੋਮਣੀ ਅਕਾਲੀ ਦਲ ਦੀ ਉਮਰ ਤੇ 70 ਸਾਲ ਸ਼੍ਰੋਮਣੀ ਅਕਾਲੀ ਦਲ ਚ ਇੱਕ ਵਰਕਰ ਤੋਂ ਲੈ ਕੇ ਸਰਮੌਰ ਆਗੂ ਤੱਕ ਜੇ ਕਿਸੇ ਨੇ ਰੋਲ ਅਦਾ ਕੀਤਾ ਆ ਉਹ ਸਭ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ ਹੈ। ਔਰ ਕੱਲੇ ਅਕਾਲੀ ਦਲ ਦੇ ਨਹੀਂ ਕੱਲੇ ਪੰਜਾਬ ਦੇ ਨਹੀਂ ਮੇਰਾ ਖਿਆਲ ਕਿ ਸਮੁੱਚੇ ਦੇਸ਼ ਦੇ ਉਹਨਾਂ ਆਗੂਆਂ ਚੋਂ ਸੀਗੇ ਅੱਜ ਮੀਡੀਆ ਨੇ ਵੀ ਜ਼ਿਕਰ ਕੀਤਾ ਹੈ ਕਿ ਸਭ ਤੋਂ ਛੋਟੀ ਉਮਰ ਦੇ ਮੁੱਖ ਮੰਤਰੀ ਬਨਣ ਵਾਲੇ ਵੀ ਸਬ ਪ੍ਰਕਾਸ਼ ਸਿੰਘ ਬਾਦਲ ਸੀ ਤੇ ਸਭ ਤੋਂ ਵੱਡੀ ਉਮਰ ਦੇ ਉਮਰਦਰਾਜ ਜਿਹੜੇ ਮੁੱਖ ਮੰਤਰੀ ਜਿਹੜੇ ਐ 90 ਸਾਲ ਚ ਉਹ ਵੀ ਸਬ ਪ੍ਰਕਾਸ਼ ਸਿੰਘ ਬਾਦਲ ਸੀਗੇ ਤੇ ਪੰਜ ਵਾਰਾਂ ਮੁੱਖ ਮੰਤਰੀ ਬਨਣਾ ਲਗਭਗ 11 ਵਾਰਾਂ ਐਮਐਲਏ ਬਨਣਾ ਮੈਂਬਰ ਪਾਰਲੀਮੈਂਟ ਬਨਣਾ ਕੇਂਦਰੀ ਮੰਤਰੀ ਬਨਣਾ ਤੇ ਮੇਰਾ ਖਿਆਲ ਕਿ ਕੋਈ ਕਿਸੇ ਹੋਰ ਦੇ ਹਿੱਸੇ ਨਹੀਂ ਆਇਆ ਪਰ ਗੱਲ ਇਹ ਨਹੀਂ ਕਿ ਐਮਐਲਏ ਮੰਤਰੀ ਜਾਂ ਮੁੱਖ ਮੰਤਰੀ ਬਣਨ ਦੀ ਨਹੀਂ ਗਈ ਪਰ ਜਿਸ ਉਹ ਸੁਭਾਅ ਦੇ مالک ਸੀ ਜਿਸ ਉਹ ਸੋਚ ਦੇ مالک ਸੀ ਜਿਸ ਉਹ ਇਰਾਦੇ ਦੇ مالک ਸੀ ਜਿਸ ਉਹ ਜਜ਼ਬੇ ਦੇ مالک ਸੀ ਉਹ ਅੱਜ ਦੇ ਸਿਆਸਤਦਾਨਾਂ 'ਚ ਮੇਰੇ ਵਰਗੇ ਤਾਂ ਬਹੁਤ ਪਿੱਛੇ ਆ ਜਿਹੜੇ ਮੇਰੇ ਤੋਂ ਅੱਗੇ ਵੀ ਐ ਉਹਨਾਂ 'ਚ ਵੀ ਨਜ਼ਰ ਨਹੀਂ ਆਉਂਦਾ ਦੁੱਖ ਦੀ ਗੱਲ ਇਹ ਆ ਕਿ ਜੇ ਕਿਤੇ ਸਿਆਸਤ ਜਿਹੜੀ ਆ ਉਸਾ ਪ੍ਰਕਾਸ਼ ਸਿੰਘ ਬਾਦਲ ਦੀ ਸੋਚ ਵਰਗੀ ਹੋ ਜੇ ਉਹਨਾਂ ਦੇ ਸੁਭਾਅ ਵਰਗੀ ਹੋ ਜੇ ਜਿਸ ਤਰ੍ਹਾਂ ਦੀ ਉਹ ਸਿਆਸਤ ਕਰਦੇ ਸੀ ਉਹ ਕਰੋ ਠੀਕ ਹੈ ਕਿ ਸਿਆਸੀ ਵਿਰੋਧ ਹੁੰਦੇ ਆ ਤੁਸੀਂ ਇੱਕ ਦੂਜੇ ਦੀ ਆਲੋਚਨਾ ਕਰਨੀ ਹੈ ਉਹਨਾਂ ਦੇ ਫੈਸਲਿਆਂ ਦੀ ਆਲੋਚਨਾ ਕਰਨੀ ਹੈ ਉਹਨਾਂ ਦੇ ਕੰਮਾਂ ਦੀ ਆਲੋਚਨਾ ਕਰਨੀ ਹੈ ਜੇ ਕੋਈ ਉਹਨਾਂ ਕੋਲ ਸੱਜਾ ਖੱਬਾ ਹੁੰਦਾ ਉਹਦੀ ਆਲੋਚਨਾ ਕਰਨੀ ਹੈ ਉਹ بڑے ਜਿਗਰੇ ਨਾਲ ਸੁਣਦੇ ਸੀ ਪਰ ਜਿਸ ਤਰ੍ਹਾਂ ਦੀ ਕੜਤਣ ਵਾਲੀ ਸਿਆਸਤ ਹੋ ਗਈ ਹੈ ਲਾਂਚਨ ਬਾਜੀ ਦੂਸ਼ਨ ਬਾਜੀ ਝੂੜ ਦਾ ਜਿਹੜਾ ਆ ਪਰ ਸਾਰਾ ਹੋ ਗਿਆ ਉਹਦੇ ਤੋਂ ਬਾਦਲ ਸਾਹਿਬ ਵੀ ਅਖੀਰਲੇ ਸਮੇਂ ਬਹੁਤ ਦੁਖੀ ਸੀਗੇ ਕਿ ਜਿਨ੍ਹਾਂ ਨੇ ਜ਼ਿੰਦਗੀ ਚ ਸਿਰਫ ਤੇ ਸਿਰਫ ਜਿਹੜਾ ਆ ਕੌਮ ਤੇ ਪੰਥ ਤੇ ਪੰਜਾਬ ਵਾਸਤੇ ਲੜਾਈ ਲੜੀ ਹੋਵੇ ਤੇ ਉਹਨਾਂ ਦੇ ਵਿਰੁੱਧ ਅਜਿਹਾ ਕੂੜ ਪ੍ਰਚਾਰ ਕੀਤਾ ਗਿਆ ਹੋਵੇ ਤੇ ਉਹਦੇ ਕਰਕੇ ਉਹ ਮਤਲਬ ਮਹਿਸੂਸ ਕਰਦੇ ਹੁੰਦੇ ਸੀਗੇ ਭਾਵੇਂ ਕਿ ਉਹਨਾਂ ਚ ਜਰਾਤ ਬੜੀ ਸੀਗੀ ਦਿਲ ਦੀ ਗੱਲ ਬਾਹਰ ਨਹੀਂ ਸੀ ਆਉਣ ਦਿੰਦੇ ਪੇਸ਼ੈਂਸ ਬਹੁਤ ਸੀਗੀ ਬੜਾ ਕੋਈ ਝਰ ਜਾਂਦੇ ਸੀਗੇ ਪਰ ਇਹ ਦਰਦ ਜਿਹੜਾ ਉਹ ਉਹ ਹੀ ਨਹੀਂ ਸਿਲਕਾ ਸਕੇ ਕਿ ਅੱਜ ਦਾ ਸਾਡਾ ਨੌਜਵਾਨ ਜਾਂ ਸਾਡੇ ਜਿਨ੍ਹਾਂ ਨੂੰ ਪੰਥ ਦੀ ਗੱਲ ਕਰਨੀ ਚਾਹੀਦੀ ਸੀ ਜਿਨ੍ਹਾਂ ਦੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਸੀਗੀ ਤੇ ਅੱਜ ਉਹੀ ਲੋਕ ਜਿਹੜੇ ਅਕਾਲੀ ਦਲ ਤੇ ਜਾਂ ਕਾਲੀ ਲੀਡਰਸ਼ਿਪ ਤੇ ਅਜਿਹੀਆਂ ਗੱਲਾਂ ਕਰਦੇ ਨੇ ਜਿੱਤੋਂ ਉਹ ਦੁਖੀ ਸੀਗੇ ਔਰ ਤੁਸੀਂ ਦੱਸੋ ਹੁਣ ਤੁਹਾਡੀ ਵੀ ਤੁਸੀਂ ਵੀ ਉਮਰ ਦੇ ਉਸ ਦੌਰ ਚੋਂ ਲੰਘ ਰਿਹਾ ਜੇ ਤੁਹਾਨੂੰ ਵੀ ਸ਼ਾਇਦ ਤੁਸੀਂ ਪੜਿਆ ਹੋਵੇ ਜ਼ਰੂਰ ਹਾਂਜੀ ਜੇ ਸੁਣਿਆ ਹੋਊਗਾ ਹਾਂਜੀ ਇਸ ਸਪ੍ਰਕਾਸ਼ ਸਿੰਘ ਬਾਦਲ ਦਾ ਜੀਵਨ ਕਿਡਾ ਸੰਘਰਸ਼ਮਈ ਹੈ ਉਹਨਾਂ ਨੇ ਪੰਜਾਬ ਦੇ ਹੱਕਾਂ ਤੇ ਹਿੱਤਾਂ ਲਈ ਮੋਰਚਿਆਂ ਦੀ ਅਗਵਾਈ ਕੀਤੀ ਮੋਰੇ ਹੋ ਕੇ ਔਰ ਇਹ ਨਹੀਂ ਕਿ ਉਹ ਡਿਕਟੇਟਰ ਸੀਗੇ ਪਰ ਜੇ ਪਾਰਟੀ ਕੋਈ ਮੋਰਚਾ ਲਾਉਂਦੀ ਰਹੀ ਹੈ ਜਾਂ ਪੰਜਾਬ ਦੇ ਹੱਕਾਂ ਲਈ ਕੋਈ ਲੜਾਈ ਲੜਨੀ ਪਈ ਹੈ ਤੇ ਸਭ ਤੋਂ ਪਹਿਲਾ ਜਥਾ ਲੈ ਕੇ ਸਪ੍ਰਕਾਸ਼ ਸਿੰਘ ਬਾਦਲ ਜੇਲ੍ਹ ਚ ਜਾਂਦੇ ਸੀ ਐਮਰਜੈਂਸੀ 19 ਮਹੀਨੇ ਉਹ ਜੇਲ੍ਹ ਚ ਰਹੇ ਦੋ ਵਾਰ ਉਹਨਾਂ ਤੇ ਐਨਐਸ ਲੱਗੀ ਜਿਹਦੀ ਹੁਣ ਚਰਚਾ ਚੱਲਦੀ ਹੈ ਦੋ ਵਾਰ ਉਹ ਐਨਐਸ ਚ ਬੰਦ ਰਏ ਔਰ ਜਿਸ ਤਰ੍ਹਾਂ ਹੁਣ ਡਿਬਰੂਗੜ੍ਹ ਦੀ ਗੱਲ ਚੱਲਦੀ ਹੈ ਜਾਂ ਜੋਧਪੁਰ ਦੀ ਗੱਲ ਚੱਲਦੀ ਸੀਗੀ ਇਸੇ ਤਰ੍ਹਾਂ ਹੀ ਇਹਨਾਂ ਨੂੰ ਵੀ ਜਿਹੜੀਆਂ ਦੇਸ਼ ਦੀਆਂ ਦੂਰ ਦੀਆਂ ਕੌਂਬਿਟੂਰ ਵਰਗੀਆਂ ਜੇਲਾਂ ਜਿਹੜੀਆਂ ਆ ਉਹਨਾਂ ਦੇ ਵਿੱਚ ਬੰਦ ਰੱਖਿਆ ਗਿਆ ਜਿੱਥੇ ਕਿਸੇ ਨੂੰ ਹਿੰਦੀ ਵੀ ਨਹੀਂ ਸੀ ਆਉਂਦੀ ਤੇ ਬਾਲ ਸਾਹਿਬ ਕਹਿੰਦੇ ਕਿ ਮੈਂ ਕੱਲਾ ਹੀ ਆਪਦਾ ਹੀ ਲੱਗਾ ਰਿੰਦਾ ਸੀ ਜਾਂ ਜੇ ਕੋਈ ਅਫਸਰ ਆ ਗਿਆ ਤੇ ਉਹਦੇ ਨਾਲ ਅੰਗਰੇਜ਼ੀ ਚ ਗੱਲਬਾਤ ਕਰ ਲੈਂਦਾ ਸੀ ਉਹਨਾਂ ਨੂੰ ਵੀ ਹਿੰਦੀ ਨਹੀਂ ਸੀ ਆਉਂਦੀ ਇਹੋ ਜਿਹੇ ਜਿਹੜੇ ਆ ਬਾਲ ਸਾਹਿਬ ਦੀਆਂ ਜਿਹੜੀਆਂ ਮ ਹਾਂਜੀ ਜੇਸੂ ਨੇਮਰ ਸੁਭਾਅ ਦੇ ਮਾਲਕ ਸੀਗੇ ਅਥਾ ਸ਼ੈਨ ਸ਼ੀਲਤਾ ਸੀਗੀ ਪਰ ਜਿਹੜਾ ਉਹਨਾਂ ਦਾ ਇਰਾਦਾ ਸੀਗਾ ਉਹ ਫਲਾਦ ਵਰਗਾ ਸੀਗਾ ਮੋਢੋ ਸਾਹਿਬ ਤੁਸੀਂ ਗੱਲ ਕੀਤੀ ਕਿ ਆਖਰੀ ਸਮੇਂ ਦੌਰਾਨ ਉਹ ਬਹੁਤ ਦੁਖੀ ਸੀ ਕੁਝ ਗੱਲਾਂ ਨੂੰ ਲੈ ਕੇ ਤੁਸੀਂ ਤਾਂ ਉਹਨਾਂ ਦੇ ਨੇੜਲੇ ਸਾਥੀਆਂ ਚੋਂ ਤੁਸੀਂ ਉਹੋ ਜਿਹੜੇ ਚਾਹੇ ਪਾਰਟੀ ਉੱਚੇ ਮਤਲਬ ਚੰਗੇ ਉਸ ਪੋਜੀਸ਼ਨ ਚਾਹੇ ਮਾੜੀ ਪੋਜੀਸ਼ਨ ਤਾਂ ਤੁਸੀਂ ਚੰਗੀ ਤੇ ਮਾੜੀ ਹਰ ਅਸਚੂਏਸ਼ਨ ਦੇ ਬਜੇ ਵਿੱਚ ਬਾਦਲ ਸਾਹਿਬ ਨਾਲ ਖੜੇ ਤੁਹਾਡੇ ਨਾਲ ਤੇ ਬਹੁਤ ਕਰੀਬ ਤੋਂ ਗੱਲਾਂ ਹੋ ਜਾਂਣੀਆਂ ਦਿਲ ਦੀਆਂ ਗੱਲਾਂ ਤੁਹਾਡੇ ਨਾਲ ਹੋਈਆਂ ਹੋਣਗੀਆਂ ਕਿਹੜੀਆਂ ਉਹ ਗੱਲਾਂ ਸੀ ਜ ਜਨਨੂ ਲਖਵਾਲ ਸਾਹਿਬ ਦੁਖੀ ਸੀ ਤੇ ਕੀ ਗੱਲਾਂ ਕਰਦੇ ਸੀ ਅਕਸਰ ਆਖਰੀ ਸਮੇਂ ਚ ਨਹੀਂ ਦੇਖੋ ਇਹ ਜਿਹੜੀਆਂ ਆ ਨਾ ਵੀ ਵੀ ਇਲੈਕਸ਼ਨ ਜਿੱਤ ਕੇ ਹਰਗੇ ਇਹਦੀ ਉਹ ਕਹਿੰਦੇ ਸੀ ਕਦੇ ਚਿੰਤਾ ਨਾ ਕਰੋ ਅਸੀਂ ਚੋਣਾ ਜਿੱਤਣ ਵਾਸਤੇ ਨਹੀਂ ਬਣੇ ਅਸੀਂ ਰਾਜ ਰਾਜ ਭਾਗ ਵਾਸਤੇ ਨਹੀਂ ਬਣੇ ਇਹ ਤਾਂ ਕਹਿੰਦੇ ਆਪਣੇ ਦਾ ਲਾਗੇ ਜਾਂ ਲੋਕਾਂ ਨੇ ਸਾਨੂੰ ਇੰਨਾ ਕਿ ਮਾਨਸਿਤ ਕਰ ਦਿੱਤਾ ਕਿ ਸਾਡੀਆਂ ਸਰਕਾਰਾਂ ਬਣਾਤੀਆਂ ਕਾਲੀ ਤੇ ਸਰਕਾਰਾਂ ਵਾਸਤੇ ਬਣਿਆ ਹੀ ਨਹੀਂ ਸੀ ਕਾਲੀ ਤੇ ਬਣਾਈ ਮੋਰਚਿਆਂ ਵਾਸਤੇ ਤੇ ਕਾਲੀ ਦਲ ਦੇ ਤੇ ਵਰਕਰ ਜਾਂ ਆਗੂ ਜਿਹੜੇ ਹੁੰਦੇ ਸੀ ਉਹਨਾਂ ਦਾ ਝੋਲਾ ਜਿਹੜਾ ਟੰਗਿਆ ਹੁੰਦਾ ਸੀ ਕਿਲੀ ਦੇ ਨਾਲ ਜੀਚੇ ਇੱਕ ਕਸ਼ਹਿਰਾ ਹੈ ਇੱਕ ਪਰਨਾ ਤੇ ਇੱਕ ਕੁਰਤਾ ਪਜਾਮਾ ਜਾਂ ਝੋਲਾ ਹੁੰਦਾ ਸੀਗਾ ਹਾਂਜੀ ਤੇ ਇਹ ਪਤਾ ਨਹੀਂ ਕਦੋਂ ਰਾਤ ਨੂੰ ਲੈ ਜਾਣਾ ਸਵੇਰੇ ਲੈ ਜਾਣਾ ਕਦੋਂ ਮੋਰਚਾ ਸ਼ੁਰੂ ਹੋ ਜਾਣਾ ਮੋਰਚਿਆਂ ਦੀ ਲੜੀ ਤੁਸੀਂ ਪੜੋਗੇ ਨਾ ਤੁਹਾਨੂੰ ਲਗਾਤਾਰ ਮੋਰਚੇ ਨਜ਼ਰ ਆਉਣਗੇ ਤੇ ਉਹਨਾਂ 'ਚ ਸਾਰਿਆਂ ਸਭ ਪ੍ਰਕਾਸ਼ ਸਿੰਘ ਬਾਦਲ ਜਿਹੜੇ ਆ ਸ਼ਾਮਲ ਹੁੰਦੇ ਰਹੇ ਆ ਉਹਨਾਂ ਦੀ ਹੀ ਹੁੰਦੀ ਸੀ ਕਿ ਕਾਕਾ ਸਰਕਾਰਾਂ ਸਰਪੂਰਾਂ ਦੀ ਘੱਟ ਵੱਧ ਸੋਚਿਆ ਕਰੋ ਜਿੱਤਾਂ ਹਰਾਂ ਇਹ ਬਹੁਤ ਛੋਟੀ ਗੱਲ ਹੈ ਸਭ ਤੋਂ ਪਹਿਲਾਂ ਪੰਜਾਬ ਦੇ ਹੱਕਾਂ ਦੀ ਗੱਲ ਕਰੋ ਪੰਜਾਬ ਵਾਸਤੇ ਲੜਨਾ ਸਿੱਖੋ ਡਟਣਾ ਸਿੱਖੋ ਜਿਹੜੀ ਗੱਲ ਕਰ ਲੈਂਦੇ ਜੇ ਕਮਿਟਮੈਂਟ ਕਰ ਲੈਂਦੇ ਜੇ ਉਸ ਤੋਂ ਕਦੇ ਪਿੱਛੇ ਨਹੀਂ ਹਟਣਾ ਹਾਂਜੀ ਤੇ ਕਿਸੇ ਦੇ ਅੱਗੇ ਝੁਕਣਾ ਨਹੀਂ ਇਹ ਉਹਨਾਂ ਦਾ ਸੀ ਪਰੇਸ਼ਾਨ ਸੀਗੇ ਕਿ ਜਿਹੜੇ ਆ ਪ੍ਰਚਾਰ ਕੀਤਾ ਗਿਆ ਬਾਦਲ ਸਾਹਿਬ ਦੀ ਸ਼ਖਸੀਅਤ ਬਾਰੇ ਆਕਾਲੀ ਦਲ ਬਾਰੇ ਹਾਂਜੀ ਜਿਸ ਤਰ੍ਹਾਂ ਦਾ ਨੈਗੇਟਿਵ ਪ੍ਰਚਾਰ ਕੀਤਾ ਗਿਆ ਅਣ ਹੋਈਆਂ ਗੱਲਾਂ ਬਣਾ ਬਣਾ ਕੇ ਕੀਤਾ ਗਿਆ ਉਹਦੇ ਤੋਂ ਜ਼ਰੂਰ ਪਰੇਸ਼ਾਨ ਸੀਗੇ ਕਿ ਅੱਜ ਸਾਡਾ ਜਿਹੜਾ ਸਾਡਾ ਹੀ ਸਮਾਜ ਸਾਡਾ ਹੀ ਸਾਡੀ ਕੌਮ ਜਿਹੜੀ ਹੈ ਸਾਡੇ ਹੀ ਪੰਜਾਬੀ ਜਿਹੜੇ ਹੈ ਕਿਹੜੇ ਪਾਸੇ ਨੂੰ ਤੁਰ ਪਿਆ ਹੈ ਕਿ ਉਹਨਾਂ ਲੋਕਾਂ ਦੇ ਟੇਟੇ ਚੜ ਕੇ ਅੱਜ ਆਪਦੀ ਵਿਰਾਸਤ ਦੇ ਉੱਤੇ ਹੀ ਵਾਰ ਕਰਨ ਲੱਗ ਪਿਆ ਹੈ ਸ਼ਾਇਦ ਸੋਝੀ ਆ ਜਾਏ ਜੇ ਸੋਝੀ ਆਜੂਗੀ ਤੇ ਪੰਜਾਬ ਦੇ ਕੋਈ ਨਾ ਕੋਈ ਸਵਾਰ ਲੈਣਗੇ ਤੇ ਜੇ ਇਹੀ ਚੱਲੀ ਗਿਆ ਤੇ ਫਿਰ ਉਹ ਸਾ ਮੈਂ ਮੈਂ ਕੱਲ ਤੋਂ ਹਰ ਇੱਕ ਵਿਰੋਧੀ ਨੂੰ ਚਾਹੇ ਸੁਨੀਲ ਜਾਖੜ ਨੇ ਚਾਹੇ ਪ੍ਰਤਾਪਾਜ ਜਿਹੜੇ ਵਿਰੋਧੀ ਵਿਰੋਧੀ ਧਿਰਾਂ ਦੇ ਵੀ ਵੱਡੇ ਵੱਡੇ ਆਗੂ ਜਿਹੜੇ ਕਹਿੰਦੇ ਸੀ ਸੀ ਬਾਦਲ ਸਾਹਿਬ ਤੋਂ ਵਿਰੋਧੀ ਧਿਰ ਦੇ ਵਿੱਚ ਰਹਿ ਕੇ ਵੀ ਬਹੁਤ ਕੁਝ ਉਹਨਾਂ ਤੋਂ ਸਿੱਖਿਆ ਤੇ ਸੀ ਉਹਨਾਂ ਦਾ ਉਹਨਾਂ ਹੀ ਸਤਕਾਰ ਕਰਦੇ ਆ ਤੇ ਸਾਨੂੰ ਉਹਨਾਂ ਨੇ ਕਦੇ ਵਿਰੋਧੀ ਨਹੀਂ ਸੀ ਸਮਝਾ ਚਾਹੇ ਸਮਾਂ ਦੇਣ ਦੇ ਮਸਲੇ 'ਚ ਹੋਵੇ ਚਾਹੇ ਸਾਡੇ ਕੰਮ ਕਰਨ ਦੇ ਮਸਲੇ 'ਚ ਹੋਵੇ ਸਾਡੇ ਵਧਕੇ ਕੀਤੇ ਸਾਰੇ ਆਗੂ ਉਹਨਾਂ ਨਾਲ ਬਹੁਤ ਜੁੜੀਆਂ ਹੋਈਆਂ ਯਾਦਾਂ ਸਾਂਝਾ ਕਰ ਰਿਹਾ ਤੇ ਤੁਸੀਂ ਤਾਂ ਉਹਨਾਂ ਦੇ ਬਹੁਤ ਕਰੀਬੀ ਸੀ ਕਿਹੜੀਆਂ ਗੱਲਾਂ ਬਾਦਲ ਸਾਹਿਬ ਦੀਆਂ ਜਾਂ ਕਿਹੜੇ ਜਿਵੇਂ ਇੱਕ ਜਾਂ ਦੋ ਕਿਸਿਆਂ ਦੀ ਗੱਲ ਕਰਾਂ ਕਿਹੜੀਆਂ ਗੱਲਾਂ ਨੇ ਉਹ ਜਿਹੜੀਆਂ ਬਾਦਲ ਸਾਹਿਬ ਦੀਆਂ ਨਹੀਂ ਭੁੱਲਦੀਆਂ ਕੋਈ ਯਾਦਾਂ ਤੁਸੀਂ ਵਿਧ ਲਾਈਵ ਜਿਹੜਾ ਉੱਤੇ ਅੰਦਰ ਚੱਲਦਾ ਹੋਵੇ ਠੀਕ ਹੈ ਨਾ ਤੁਸੀਂ ਬਾਦਲ ਸਾਹਿਬ ਤੋਂ ਪਹਿਲੇ ਮੁੱਖ ਮੰਤਰੀ ਤੇ ਬਾਦਲ ਸਾਹਿਬ ਤੋਂ ਬਾਅਦ ਵਾਲੇ ਹੋਣ ਵਾਲੇ ਮੁੱਖ ਮੰਤਰੀ ਦੇਖ ਲਿਆ ਤੇ ਬਾਦਲ ਸਾਹਿਬ ਨੂੰ ਦੇਖ ਲਿਆ ਉਹਨਾਂ ਦਾ ਵਿਧਾਨ ਸਭਾ ਦੇ ਵਿੱਚ ਜੋ ਰੋਲ ਹੁੰਦਾ ਸੀ ਬਾਦਲ ਸਾਹਿਬ ਦਾ ਉਹਨੂੰ ਤੁਸੀਂ ਐ ਤੋਲ ਲਿਆ ਜੇ ਤੇ ਤੁਹਾਨੂੰ ਜ਼ਮੀਨ ਅਸਮਾਨ ਦਾ ਫਰਕ ਨਜ਼ਰ ਆਊਗਾ ਬਾਦਲ ਸਾਹਿਬ ਦੀ ਸਾਹਮਣੇ ਬਿਠਾ ਹੋਇਆ ਵਿਰੋਧੀ ਧਿਰ ਦਾ ਐਮਐਲਏ ਕਈ ਵਾਰ ਆਲੋਚਨਾ ਕਰਦਾ ਹੋਇਆ ਹੱਦਾਂ ਪਾਰ ਕਰ ਜਾਂਦਾ ਸੀ ਪਰ ਬਾਦਲ ਸਭ ਕਦੇ ਕਾਲੇ ਨਹੀਂ ਸੀ ਪੈਂਦੇ ਔਰ ਕਈ ਵਾਰ ਸਾਡੇ ਵਰਗੇ ਨੂੰ ਟੋਕਣ ਦੀ ਕੋਸ਼ਿਸ਼ ਕਰਨੀ ਉਹਨਾਂ ਕਹਿੰਦਾ ਜਦੋਂ ਮੈਂ ਬੈਠਾ ਤੁਸੀਂ ਕੌਣ ਬੋਲਦੇ ਜੀ ਫਿਰ ਕੱਲੀ-ਕੱਲੀ ਗੱਲ ਨੋਟ ਕਰਨੀ ਜੋ ਵਿਰੋਧੀ ਧਿਰ ਦਾ ਕਹਿੰਦਾ ਸੀ ਫਿਰ ਉਹਦਾ ਜਵਾਬ ਦੇਣਾ ਤਰਤੀਬ ਨਾਲ ਦੇਣਾ ਸੁਧਰੇ ਹੋਏ ਲਫ਼ਜ਼ਾਂ 'ਚ ਦੇਣਾ ਤਸੱਲੀ ਵੀ ਪੂਰੀ ਕਰਾਉਣੀ ਪਰ ਉਹਦਾ ਨਾਲ ਮਾਣਤਨ ਬਹਾਲ ਰੱਖ ਕੇ ਮਾਣਤਨ ਬਹਾਲ ਰੱਖ ਕੇ ਕਦੀ ਤਿੱਖੇ ਸ਼ਬਦਾਂ ਚ ਕਦੀ ਇਨਸਲਟਿੰਗ ਵੇ ਦੇ ਨਾਲ ਆ ਹੁਣ ਚਲੋ ਅੱਜ ਮੌਕਾ ਨਹੀਂਗਾ ਮੁੱਖ ਮੰਤਰੀ ਸਾਹਿਬ ਜਿਹੜੇ ਮੌਜੂਦਾ ਨੇ ਉਹਨਾਂ ਨੂੰ ਤੁਸੀਂ ਵਿਧਾਨ ਸਭਾ ਚ ਦੇਖਿਆ ਹੀ ਐ ਕਿ ਵਿਧਾਨ ਸਭਾ ਦੇ ਚੁਣੇ ਹੋਏ ਮੈਂਬਰਾਂ ਦੀ ਜਿਸ ਤਰੀਕੇ ਨਾਲ ਨਰਾਦਰ ਕੀਤਾ ਹਾਂਜੀ ਇਹ ਇਹ ਮੁੱਖ ਮੰਤਰੀਆਂ ਦਾ ਜਿਹੜਾ ਕਿਰਦਾਰ ਆ ਉਹ ਮੁੱਖ ਮੰਤਰੀ ਨਾਮ ਹੀ ਹੁੰਦੇ ਉਹਨਾਂ ਦਾ ਇੱਕ ਕਿਰਦਾਰ ਦਾ ਸੁਭਾਅ ਦਾ ਉਹਨਾਂ ਦਾ ਹਿੱਸਾ ਸੀਗਾ ਹਾਂਜੀ ਕੁਦਰਤ ਨੇ ਉਹਨਾਂ ਨੂੰ ਅਜਿਹੀ ਹਲੇਮੀ ਤੇ ਅਜਿਹੀ ਨਿਮਰਤਾ ਦਿੱਤੀ ਸੀਗੀ ਭਾਵੇਂ ਇਰਾਦੇ ਤੇ ਬੜੇ ਉਸਡੌਲ ਸੀਗੇ ਮਜਬੂਤ ਸੀਗੇ ਪਰ ਉਹ ਸੁਭਾ ਜਿਹੜਾ ਸਭ ਤੋਂ ਵੱਡਾ ਉਹਨਾਂ ਦਾ ਗੁਣ ਸੀ ਔਰ ਜਿਹੜੀ ਗੱਲ ਵਿਰੋਧੀ ਕਰਦੇ ਨੇ ਨਾ ਜੀ ਇੱਥੋਂ ਤੱਕ ਕਿ ਸਾਡੇ ਅਰਗਿਆਂ ਦਾ ਕੰਮ ਭਾਵੇਂ ਰਹਿ ਜੀ ਸਾਡੇ ਅਰਗਿਆਂ ਨੂੰ ਭਾਵੇਂ ਮਾੜਾ ਮੋਟਾ ਕਹਿ ਦੇਣ ਕਾਕਾ ਕੋਈ ਨਹੀਂ ਇਸ ਤਰ੍ਹਾਂ ਨਹੀਂ ਕਰੀਦਾ ਹੁੰਦਾ ਜਾਇ ਰਹਿਣ ਦੇ ਕੰਮ ਇਹਨੂੰ ਕੋਈ ਇੱਕੋ ਜਿਹਾ ਜ਼ਰੂਰੀ ਨਹੀਂਗਾ ਵਿਰੋਧੀ ਨੇ ਕੋਈ ਵੀ ਕੰਮ ਕਹਿਤਾ ਵਿਰੋਧੀ ਧਿਰ ਦੇ ਐਮਐਲਏ ਨੇ ਆਗੂ ਨੇ ਤੇ ਬਾਦਲ ਸਾਹਿਬ ਉਹ ਨਹੀਂ ਸੀ ਦੇਖਦੇ ਫਿਰ ਅਫਸਰ ਨੂੰ ਕਹਿੰਦੇ ਸੀ ਵੀ ਭਾਈ ਕਰਕੇ ਦੇ ਕਰਕੇ ਮੈਨੂੰ ਦੱਸਣਾ ਹੀ ਫਿਰ ਉਸ ਆਗੂ ਨੂੰ ਵਿਰੋਧੀ ਧਿਰ ਦੇ ਨੂੰ ਐਮਐਲ ਨੂੰ ਆਪ ਦੱਸਣਾ ਵੀ ਭਾਈ ਤੇਰਾ ਕੰਮ ਹੋ ਗਿਆ। ਮੋਟੋਸਾ ਪਹਿਲੀ ਵਾਰ ਜ਼ਿੰਦਗੀ ਚ ਕਦੋਂ ਮਿਲੇ ਸੀ ਬਾਦ ਸਾਹਿਬ ਨੂੰ ਤੇ ਕੀ ਗੱਲ ਹੋਈ ਸੀ? ਨਹੀਂ ਮਿਲਦੇ ਤੇ ਛੋਟਿਆਂ ਦੇ ਤੋਂ ਰਹੇ ਆ ਬੱਚੇ ਜਦੋਂ ਹੁੰਦੇ ਸੀ ਉਦੋਂ ਤੋਂ ਹੀ ਮਿਲਦੇ ਰਹੇ ਆ ਉਹਨਾਂ ਨੂੰ ਨਾਗੋ ਦੇਖਦੇ ਰਹੇ ਆ ਸਾਰਾ ਕੁਝ ਦੇਖਦੇ ਰਹੇ ਆ। ਪਰ ਜਿਹੜੀ ਸਾਂਝ ਐ ਉਹ 1982 ਚ ਪਈ। 1982 ਚ ਪਈ ਫਿਰ 84 ਚ ਦਿਹਾੜ ਜੇਲ੍ਹ ਚ ਬੰਦ ਸੀਗੇ। ਭਾਵੇਂ ਅਸੀਂ ਉਦੋਂ ਅੰਡਰਗਰਾਊਂਡ ਸੀਗੇ ਪਰ ਫਿਰ ਵੀ ਪਤਾ ਸੀਗੇ ਬਾਦ ਸਾਹਿਬ ਉਦੋਂ 26 ਜੇ 26 ਜਨਵਰੀ ਦੇ ਉੱਤੇ ਸੰਵਿਧਾਨ ਸਾੜਨ ਦੇ ਦੋਸ਼ ਦੇ ਵਿੱਚ ਤਿਹਾਰ ਜੇਲ੍ਹ 'ਚ ਬੰਦ ਸੀਗੇ ਤੇ ਉੱਥੇ ਅਸੀਂ ਇਹਨਾਂ ਦੀ ਮੁਲਾਕਾਤ ਵੀ ਕਰਕੇ ਆਏ ਉੱਥੇ ਮਿਲ ਕੇ ਆਏ ਉਸ ਤੋਂ ਬਾਅਦ ਅਸੀਂ ਵੀ ਫੜੇ ਗਏ ਹਾਂਜੀ ਫਿਰ ਜੇਲ੍ਹ ਤੋਂ ਬਾਹਰ ਆਉਂਦੇ ਆ ਸਭ ਤੋਂ ਪਹਿਲਾਂ ਬੰਡ ਵਾਲਿਆਂ 'ਚ ਬਾਦਲ ਸਾਹਿਬ ਸੀਗੇ ਬਾਦਲ ਸਾਹਿਬ ਨੇ ਕਿਹਾ ਕਾਕਾ ਤੁਸੀਂ ਲੜਾਈ ਲੜਨ ਵਾਲੇ ਜੀ ਹਾਂਜੀ ਤੁਹਾਡੇ 'ਚ ਜਜ਼ਬਾ ਆ ਇਹ ਵੀ ਕੌਮ ਦੀ ਲੜਾਈ ਹੈ ਤੇ ਤੁਸੀਂ ਕਾਲੀ ਦੇ ਵਿੱਚ ਕਿਉਂ ਨਹੀਂ ਕਰਦੇ ਤੁਹਾਡੇ 'ਚ ਏਨਰਜੀ ਆ ਸ਼ਕਤੀ ਹੈ ਤੁਸੀਂ ਨੌਜਵਾਨ ਜੀ ਉਦੋਂ ਅਸੀਂ ਵੀ ਨੌਜਵਾਨ ਸੀਗੇ ਅਜੇ ਹਾਂਜੀ 94 ਦੀ ਗੱਲ ਆਪਾਂ ਕਰ ਲਈਏ ਤੇ ਇਸ ਕਰਕੇ ਜਿਹੜਾ ਆ ਬਾਦਲ ਸਾਹਿਬ ਨੇ ਹੀ ਸਾਡੇ ਵਰਗੇ ਉਹਨੂੰ ਜਿਨ੍ਹਾਂ ਦਾ ਕੋਈ ਵਾਲੀਵਾਰਸ ਨਹੀਂ ਸੀ ਜਿਨ੍ਹਾਂ ਦਾ ਸਿਆਸਤ ਨਾਲ ਕੋਈ ਲੈਣ ਦੇਣ ਨਹੀਂ ਸੀ ਸਿਆਸਤ ਨੂੰ ਨਾ ਹੀ ਪਸੰਦੀ ਕਰਦੇ ਸੀਗੇ ਤੇ ਬਾਦਲ ਸਾਹਿਬ ਨੇ ਸਬਬ ਬਣਾਏ ਸਿਰ ਤੇ ਹੱਥ ਰੱਖਿਆ ਮੋਢਿਆਂ ਫੜ ਕੇ ਤੋੜਿਆ ਤੇ ਕਦੇ ਉਹਨਾਂ ਨੇ ਮਹਿਸੂਸ ਨਹੀਂ ਹੋਣ ਦਿੱਤਾ ਬੱਚਿਆਂ ਨੂੰ ਵੀ ਪਿਆਰ ਦਿੱਤਾ ਔਰ ਇੱਥੋਂ ਤੱਕ ਸੀਗਾ ਕਿ ਕਈ ਜਿਹੜਾ ਜਿੱਦਾਂ ਹੁੰਦਾ ਨਾ ਵੀ ਬੱਚਾ ਬਾਪ ਨਾਲ ਰੋਸ ਪਿੰਦਾ ਆ बा, मतलब बादल साहब ਨਾਲ ਰੋਸਦੇ ਵੀ ਰਹੇ ਆਂ ਹਾਂਜੀ ਤੇ ਫਿਰ ਮਨਾ ਲੈਂਦੇ ਸੀ ਫਿਰ ਬਾਦਲ ਸਾਹਿਬ ਬਾਦਲ ਸਾਹਿਬ ਮਨਾ ਲੈਂਦੇ ਸੀ ਆਪੇ ਹੀ ਮਨਾ ਲੈਂਦੇ ਸੀ ਵੱਡੇ ਹਉਣ ਦੇ ਬਾਜੂ ਆਪੇ ਮਨਾ ਲੈਂਦੇ ਕਾਕਾ ਨੂੰ ਕਰਦੇ ਜਾ ਜੋ ਹਾਂਜੀ ਤੇ ਉਹ મતલਬ ਗੱਲਾਂ ਬਹੁਤ ਨੇ ਹੁਣ ਜੇ ਇੱਥੇ ਆਪਾਂ ਉਸ ਤਰੀਕੇ ਨਾਲ ਕਰਾਂਗੇ ਨਾ ਉਹ ਨਾ ਤੇ ਫਲੋ ਬਣ ਸਕਦਾ ਆ ਹਾਂਜੀ ਜਿਸ ਤਰ੍ਹਾਂ ਦਾ ਪਿਆਰ ਕਰਦੇ ਸੀਗੇ ਬਟੋ ਸਾਹਿਬ ਆਖਰੀ ਵਾਰ ਕਦੋਂ ਮਿਲ ਇਸਤਿੱਤ ਕੀ ਗੱਲ ਹੋਈ ਸੀ ਮੈਂ ਉਹਨਾਂ ਨੂੰ ਅ ਪਿਛੇ ਜੇ ਮੀਟਿੰਗ ਸੀ ਸਾਡੀ ਅ ਮਹੀਨਾ ਕੇ ਪਹਿਲਾਂ ਦੀ ਗੱਲ ਹੀ ਹੈ ਬਾਦਲਪਿੰਡ ਉੱਥੇ ਮੀਟਿੰਗ ਤੇ ਗਏ ਸੀਗੇ ਉਦੋਂ ਉਹਨਾਂ ਨੂੰ ਮਿਲੇ ਸੀ ਹਾਂਜੀ ਉਦੋਂ ਸਾਡੀ ਉੱਥੇ ਮੀਟਿੰਗ ਸੀ ਕੋਰ ਕਮੇਟੀ ਦੀ ਉਸ ਮੀਟਿੰਗ ਦੇ ਸਮੇਂ ਬਾਲ ਸਾਹਿਬ ਉੱਥੇ ਸੀਗੇ ਬਾਕੀ ਉਹਨਾਂ ਨੂੰ ਮਿਲਦੇ ਰਹੇ ਉਹਨਾਂ ਦੇ ਜਨਮ ਦਿਨ ਤੇ ਮਿਲੇ ਸੀਗੇ ਉਸ ਤੋਂ ਪਹਿਲਾਂ ਮਿਲੇ ਸੀ ਇੱਥੇ ਚੰਡੀਗੜ੍ਹ ਸੀਗੇ ਉੱਥੇ ਮਿਲਦੇ ਰਹੇ ਮਤਲਬ ਲਗਭਗ ਮਹੀਨੇ ਦੇ ਵਿੱਚ ਉਹਨਾਂ ਨੂੰ ਮਿਲ ਹੀ ਲੈਂਦੇ ਰਹੇ ਉਦੋਂ ਸਿਹਤੇ ਆਪ ਠੀਕ ਸੀ ਕਿ ਕੁਛ ਉਦੋਂ ਨਹੀਂ ਸਿਹਤ ਠੀਕ ਸੀਗੀ ਪਰ ਹੌਲੀ 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 ਏਜ ਫੈਕਟਰ ਜਿਹੜਾ ਉਹ ਅਸਰ ਕਰਦਾ ਹੀ ਹੈ ਉਹ ਢੀਕ ਹੋ ਰਹੇ ਸੀਗੇ ਤੇ ਉਹ ਫਿਰ ਹੁਣ ਇਹ ਜਿਹੜਾ ਆ ਕਿਉਂਕਿ ਬਹਾਨਾ ਬਣਿਆ ਕਹਿ ਰਹੋ ਜਾਂ ਜਿਤ ਤਰ੍ਹਾਂ ਕਹਿੰਦੇ ਸੱਦਾ ਆ ਗਿਆ ਤੇ ਦਿੱਸ ਤਾਂ ਸੀਗੇ ਕੁਛ ਦਿਨਾਂ ਤੋਂ ਕਿ ਵੀ ਐਤ ਕੀ ਜੇ ਹੀ ਆ ਮੋੜਾ ਪਵੇ ਮਾਨਸਿਕ ਤੌਰ ਤੇ ਤਿਆਰ ਸੀ ਪਰ ਜਦੋਂ ਖਬਰ ਮਿਲੀ ਮੇਰਾ ਖਿਆਲ ਹੈ ਕਿ ਮੈਂ ਵਰਕਰਾਂ ਦੀਆਂ ਆਗੂਆਂ ਦੀਆਂ ਇੱਕ ਦੂਜੇ ਨਾਲ ਗੱਲ ਕਰਦੇ ਆ ਤਾਂहां ਵਜਦੀਆਂ ਸੁਣੀਆਂ ਤਾਂहां ਵਜਦੀਆਂ ਸੁਣੀਆਂ ਕਿ ਜਿਵੇਂ ਬਾਪ ਤੁਰ ਗਿਆ ਹੁੰਦਾ ਇਹੋ ਜਿਹਾ ਲਾਤ ਮਾਰੀ ਸਭ ਤੋਂ ਪੁਰਾਣੇ ਆਗੂ ਸ਼੍ਰੋਮਣੀ ਕਾਲੀ ਬਿਲਕੁਲ ਸੋ ਸਾਨੂੰ ਵਿਰਸਾ ਸਿੰਘ ਬਲਟੋਹਾ ਜਿਨ੍ਹਾਂ ਨੇ ਪ੍ਰਕਾਸ਼ ਸਿੰਘ ਬਾਦਲ ਦੇ ਜਾਣ ਤੇ ਉਹਨਾਂ ਬਾਰੇ ਗੱਲਬਾਤ ਕੀਤੀ ਸੋ ਆਪਣੇ ਸਹਿਯੋਗੀ ਗਿਰਵੀ ਸ਼ੰਕਰ ਦੇ ਨਾਲ ਮੈਗਾ ਕੰਦੀ ਬਟੋਹਾ ਅਖਰ ਦੇ